सरदार जी थानू पता नहीं करी कौन वाली आ, किसी गलो घोल ना करो, टाइम नाल काम खत्म कर लियो, बापू जी की पेंशन आने वाली आ। पता तो मैं थोड़ा भी आ, तुसी मेरी सेवा क्यों करते हो? है तो दीदी फजूल खर्ची है ना, थोड़े तो मैं मंगे नहीं पैसे, थानू टेंशन लैन की लोड़ नहीं, मेरा प्यो बैठा, जब ये दे रहे तो थानू का दी तकलीफ हो रही है। सरदार जी की होया? नहीं ठीक है ये तो क्यों तैयार हो? इसमें तो हम पहले कही जाने भी तबीयत खराब है गया। बोले तीन चार दिन हो गए काम ते नहीं गया। हाँ ले मैं पानी लेके आई, एक मिनट दवाई लेके आनी है। आलो दवाई ला लो पहला, तुसी आ फड़ो उठो, जे नहीं तबीयत ठीक हैगी ते कल नु तैयार होए, मैं कहीं भी जानी आ। बोलिए पार्टनर अमर ना कल्ला या ऑफिस ते पहला दवाई ले, तीन दिन तो मैं पहले नहीं गया, अज मैं औखा सुखा होके तैयार होया सी। हां हां मैं चल अज जाना है, पर चल चक्कर जे मैनु फेर आई जांदे आ। नहीं ठीक हैगी ते कल नु तुसी तैयार होए, मैं तुहानू पहला ही कहा दवाई ला लो, उठो पहला तुसी, पै जाओ लम्मे, कोई गल नहीं, जिथे तीन दिन नहीं गए उथे सत जू होर भी, तुसी आ फड़ो दवाई लो तुसी पहला। ਤੁਹਾਡੇ ਕੰਮ ਦੀਆਂ ਬਹੁਤ ਟੈਨਸ਼ਨਾਂ ਨੇ, ਕੰਮ ਕਿੱਦਾਂ ਹੋਊਗਾ ਇਦਾਂ ਮੈਨੂੰ ਸਮਝ ਨਹੀਂ ਆਉਂਦੀ। ਉੱਠੋ ਪਹਿਲਾਂ ਦਵਾਈ ਲਓ, ਪਹਿਲਾਂ ਉੱਠੋ ਆ ਫੜੋ ਆ ਦਵਾਈ ਲੈ ਲਓ ਤੁਸੀਂ, ਜੇ ਤਾਂ ਨਹੀਂ ਤਬੀਅਤ ਠੀਕ ਹੈਗੀ ਤਾਂ ਕਿਉਂ ਤੁਸੀਂ ਖਾ ਲਓ। ਵਾਹਿਗੁਰੂ 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 ਜੀ। ਚਲ ਤੁਸੀਂ ਨਾ ਇੰਜ ਕਰੋ, ਉੱਥੇ ਲੇਟ ਜੋ, ਬੂਟ ਲਾ ਦਿਓ ਆਪਣੇ, ਬੂਟ ਲਾ ਦਿਓ। ਬੂਟ ਪਾਉਣ ਲੱਗਿਆ ਤਾਂ ਚੱਕਰ ਜਿਹਾ ਆ ਗਿਆ ਸੀ, ਮੈਨੂੰ ਪਤਾ ਹੀ ਹੈ ਤਬੀਅਤ ਠੀਕ ਨਹੀਂ ਹੈਗੀ, ਮੈਂ ਤਾਂ ਪਹਿਲਾਂ ਹੀ ਕਿਹਾ ਮੈਨੂੰ ਸਰਾਣਾ ਦੇ ਦੇ। ਆ ਲੈ 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 ਥੋੜਾ ਆਰਾਮ ਨਾਲ ਲੇਟ ਜੀ, ਬੁਖਾਰ ਤਾਂ ਨਹੀਂ ਪਾਪਾ? ਹਾਂ ਜੋਤ, ਮੇਰੀ ਨਾ ਫੀਸ ਦੇਣੀ ਆ, ਮੈਡਮ ਨੇ ਜੀਣਾ ਹਰਾਮ ਕੀਤਾ ਪਿਆ ਵਾ, ਉਹ ਕਹਿੰਦੀ ਜੇ ਫੀਸ ਲੈ ਕੇ ਆਏਗਾ ਤਾਂ ਆਈ, ਨਹੀਂ ਤਾਂ ਆਉਣ ਦੀ ਲੋੜ ਨਹੀਂ ਕੱਲ ਤੋਂ। ਪੁੱਤਰ ਮੈਂ ਤਾਂ 4 ਦਿਨ ਤੋਂ ਘਰੇ ਪਿਆ ਵਾ, ਹਲੇ ਤਾਂ ਜ਼ਹਿਰ ਖਾਣ ਦੇ ਵੀ ਪੈਸੇ ਹੈ ਨਹੀਂ। ਹਾਏ ਹਾਏ ਤਾਂ ਕਿਉਂ ਬੋਲੀ ਜਾਂਦੇ ਆ ਸੁੱਕੇ ਸੰਦੀ, ਕੋਈ ਨਾ ਜੋਤ ਰੁਕ ਜਾ 2-4 ਦਿਨ, ਮੈਂ ਕਰਨ ਨੂੰ ਤਾਂ ਮੈਂ ਛੁੱਟੀ ਵੀ ਕਰ ਲੈ, ਪਰ ਮੋਨੀ ਮੇਰੀ ਪੜ੍ਹਾਈ ਪਿੱਛੇ ਹੁਣ ਰਹਿ ਜਾਂਦੀ ਹੈ। ਕੋਈ ਨਾ ਕਰਦੇ ਆ ਕੋਈ ਬੰਦੋਬਸਤ, ਤੂੰ ਨਾ ਨਹੀਂ ਤਾਂ ਇੰਜ ਕਰ ਦਾਦਾ ਜੀ ਨੂੰ ਪੁੱਛ ਲੈ, ਮੈਂ ਨਾ ਫੋਨ ਵੀ ਕਰ ਦਿੰਦੀ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬਾਬੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਹੋ? ਹਾਂਜੀ ਮੈਂ ਤਾਂ ਠੀਕ ਹਾਂ, ਪਰ ਮੈਂ ਇਹ ਕਹਿਣਾ ਸੀਗਾ ਵੀ ਇਹਨਾਂ ਦੀ ਤਬੀਅਤ ਬਹੁਤ ਖਰਾਬ ਅੱਜ ਵੀ, ਤੁਸੀਂ ਅੱਜ ਵੀ ਕੰਮ ਸਾਂਭ ਲਿਓ। ਓਹੋ ਹਜੇ ਠੀਕ ਨਹੀਂ ਹੋਏ? ਨਹੀਂ ਅੱਜ ਫਿਰ ਤਿਆਰ ਵੀ ਹੋਏ ਸੀਗੇ ਜਾਣ ਲਈ, ਪਰ ਫਿਰ ਤਬੀਅਤ ਖਰਾਬ ਹੋ ਗਈ ਇਕਦਮ। ਕੋਈ ਨਹੀਂ ਭਾਬੀ ਜੀ, ਮੈਂ ਤੁਹਾਡੇ ਵੱਲ ਹੀ ਆ ਰਿਹਾ, ਮੈਂ ਆਉਣਾ ਵੀ ਸੀ ਪਤਾ ਲੈਣ, ਮੈਂ ਆ ਹੀ ਰਿਹਾ ਤੁਹਾਡੇ ਵੱਲ ਹੀ ਆ ਰਿਹਾ ਜੀ। ਅੱਛਾ ਚਲੋ ਠੀਕ ਹੈ। ਅੱਛਾ ਜੀ ਸਤਿ ਸ਼੍ਰੀ ਅਕਾਲ। ਓਕੇ ਜੀ ਸਤਿ ਸ਼੍ਰੀ ਅਕਾਲ ਵੀਰੇ। ਹਾਂ ਮਨ ਕੀ ਹਾਲ ਆ? ਸਤਿ ਸ਼੍ਰੀ ਅਕਾਲ ਭਾਬੀ ਜੀ। ਬਸ ਵਧੀਆ, ਤੂੰ ਸੁਣਾ ਠੀਕ ਹੈ? ਯਾਰ ਤੁਸੀਂ ਤਾਂ ਸਿਹਤ ਹੀ ਬਹੁਤ ਡਾਊਨ ਕੀਤੀ ਪਈ ਆ। ਯਾਰ ਪਤਾ ਸਮਝ ਨਹੀਂ ਆਉਂਦੀ ਕੀ ਆ, ਮੈਂ ਤਿਆਰ ਵੀ ਹੋਇਆ ਅੱਜ, ਮੈਂ ਕਿਹਾ ਜਾਣਾ ਫਿਰ ਇੱਕੋ ਦਮ ਹੀ ਚੱਕਰ ਆਉਣ ਲੱਗ ਗਏ। ਯਾਰ ਇੰਨੀ ਕਾਹਦੀ ਪਰੇਸ਼ਾਨੀ ਲਈ ਆ, ਕੋਈ ਨਹੀਂ ਬਿਜ਼ਨਸ ਅਪ ਡਾਊਨ ਚੱਲਦੇ ਰਹਿੰਦੇ ਆ। ਅਮਨ ਪਰੇਸ਼ਾਨੀ ਨਾ ਇਕੱਲੀ ਬਿਜ਼ਨਸ ਦੀ ਨਹੀਂ ਹੈਗੀ, ਬਿਨਾਂ ਪੈਸਿਆਂ ਦੇ ਸਾਰਾ ਸਰਕਲ ਹਿੱਲ ਜਾਂਦਾ ਵਾ। ਕੋਈ ਨਹੀਂ ਤੁਸੀਂ ਫਿਕਰ ਨਾ ਕਰੋ, ਆਪਾਂ ਰਲ ਕੇ ਸਾਰਾ ਕਵਰ ਕਰ ਲਾਂਗੇ। ਕੋਈ ਨਹੀਂ ਦੇਖਦੇ। ਕੀ ਗੱਲ ਭਾਬੀ ਜੀ, ਤੁਸੀਂ ਤਾਂ ਵੀਰੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਲੱਗਦੇ ਹੋ। ਕੀ ਦੱਸਾਂ ਵੀਰ ਜੀ, ਇੱਕ ਤਾਂ ਇਹਨਾਂ ਦੀ ਸਿਹਤ ਇੰਨੀ ਖਰਾਬ ਹੋਈ ਪਈ ਆ, ਉੱਤੋਂ ਘਰ ਦੇ ਵਿੱਚ ਹੋਰ ਵੀ ਬਹੁਤ ਪਰੇਸ਼ਾਨੀਆਂ ਨੇ। ਕੀ ਪਰੇਸ਼ਾਨੀਆਂ ਨੇ ਦੱਸੋ ਨਾ ਭਾਬੀ ਜੀ।
ਤੁਸੀਂ ਇਹ ਨਾ ਸੋਚੋ ਮੈਂ ਇਹਨਾਂ ਦਾ ਕੰਮ ਚ ਪਾਰਟਨਰ ਬਾਅਦ ਚ ਆ, ਤੁਹਾਡਾ ਛੋਟਾ ਭਰਾ ਤੇ ਦੇਵਰ ਵੀ ਆ। ਤੁਸੀਂ ਮੈਨੂੰ ਦੱਸੋ कमी ना रखी इस बार। पैरी बना बापू जी, हो ठीक हो? जिंदा रह पुत्रा, राती की गल लेट बहुत हो गया, कोई काम पै गया सीगा तेनू? ओ हाँ जी बापू जी, रात मैं थोड़े मनपसंद नमकीन लभण चलया गया, 10-15 दुकाना ते लभियां, फिर किते जाके मिलियां। सच मनदीप, आ जड़ियां रात मैं बापू जी ले नमकीन लेके आया, दे के जायो। जिंदी रहती है, ओ शाबाश पुत्रा, नमकीन खान नू बड़े दिनों तो जी करदा सी। गोल्डी ने मैं कई बार कहा भी मैनू नमकीन लिया के दे, नमकीन लिया के दे, कहना डाक्टर ने तुहाडा मना किया होया। भला डाक्टर मेरे ते जज लगे हुए ने जिहड़ा मेरा नमकीन बंद कर दे आ, मेरा खाण नू जी करदा है, तू लिया के दिता है, जिउंदा रह पुत्रा, शाबाश शाबाश, परमात्मा तेरी उम्र लंबी करे। ओ छड्डो बापू जी, वीरे दा सुभाअ तां तुहानू पता ही आ, एक पैसा खर्च के राजी नहीं गए, ओह अपने खर्चे लई उन्हां कोले बथेरे पैसे आ जांदे ने, ते जदों बापू दी गल आउंदी आ फिर हर वारी कोई ना कोई बहाना बना दिंदे ने। हुण तुसीं मैनू ही देख लो, मेरे लई तां पहला मेरा बापू आ ना, मैं बापू पिछे पैसे दी परवाह नहीं करदा, ते हुण तुसीं आ नमकीन ही देख लो, पहला 150 दा आउंदा हुंदा सी, ते हुण पूरे 250 रुपए दा मिलिया, ओह वी 10-15 दुकानां गाह के। ओह तां पुत्तरा मैनू पता ही आ, तूं मेरा फिकर बहुत करदा। चलो ठीक आ बापू जी, मैं हुण काम ते जाना, तुसी नमकीन छको। चलो जिंदे रहो। चंगा जी। पता हुण तां मैनूं तुहाडा वी आ, तुसी मेरी सेवा क्यों करदे आ? ਹੈਲੋ ਬਾਪੂ ਜੀ, ਦਵਾਈ ਤੁਹਾਡੀ ਤੇ ਦੁੱਧ। ਬਾਪੂ ਜੀ ਆ ਕੀ ਖਾ ਰਹੇ ਹੋ ਤੁਸੀਂ? ਇਹ ਤਾਂ ਬਹੁਤ ਮਿਰਚਾਂ ਵਾਲਾ, ਤੁਹਾਨੂੰ ਤਾਂ ਡਾਕਟਰ ਨੇ ਮਨਾ ਕੀਤਾ ਹੋਇਆ ਵਾ ਮਿਰਚਾਂ ਖਾਣ ਤੋਂ, ਤੇ ਤੁਸੀਂ ਦੇਖ ਲਿਆ ਕਰੋ ਨਾ ਮਾੜਾ ਜਿਹਾ। ਦੇਣ ਦੇ ਮਾਰੇ ਕਹਿ ਦਿੰਦੇ ਹੋ ਹਰ ਚੀਜ਼ ਨੂੰ, ਡਾਕਟਰ ਨੇ ਮਨਾ ਕੀਤਾ, ਮੈਂ ਜਾਣਦਾ ਤੁਹਾਡੀਆਂ ਚੁਸਤੀਆਂ ਚਲਾਕੀਆਂ ਨੂੰ। ਪਰ ਬਾਪੂ ਜੀ, ਉਹ ਭਾਈ ਆਪਣੇ ਕੰਮ ਤੱਕ ਮਤਲਬ ਰੱਖੋ, ਮੈਨੂੰ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਹੈਗੀ। ਹੈਰੀ ਭੈਣ ਬਾਪੂ ਜੀ, ਆ ਦੇਖੋ ਮੈਂ ਪਾਲੀ ਦੀ ਹੱਟੀ ਤੋਂ ਤੁਹਾਡੇ ਲਈ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਪੱਗਾਂ ਲੈ ਕੇ ਆਈ ਆ। ਦੇਖੋ ਰੰਗ ਦੇਖੋ ਤੁਸੀਂ ਕਿੰਨੇ ਸੋਹਣੇ ਨੇ, ਤੁਸੀਂ ਨਾ ਪਰਨਾ ਨਾ ਬੰਨਿਆ ਕਰੋ, ਪੱਗਾਂ ਬੰਨ ਕੇ ਬੈਠਿਆ ਕਰੋ, ਸੋਹਣੀਆਂ ਲੱਗਦੀਆਂ ਨੇ। ਸੋਹਣੇ ਨੇ ਰੰਗ ਜੀ, ਵਧੀਆ ਲੱਗੇ ਸੋਹਣੇ। ਪੁੱਤਰ ਰੰਗ ਤਾਂ ਬੜੇ ਸੋਹਣੇ ਆ, ਮੇਰੇ ਕੋਲ ਅੱਗੇ ਰੰਗ ਹੈਗੇ ਵੀ ਨਹੀਂ ਸੀਗੇ। ਚਲੋ ਤੁਹਾਨੂੰ ਤਾਂ ਮੇਰਾ ਬਹੁਤ ਫਿਕਰ ਆ, ਹੋਰ ਨੂੰ ਤਾਂ ਕਿਸੇ ਨੂੰ ਮੇਰੀ ਪਰਵਾਹ ਹੀ ਨਹੀਂ, ਚਾਹੇ ਮੈਂ ਪਰਨੇ 'ਚ ਬੈਠਾ ਹੈ ਚਾਹੇ ਮੈਂ ਪੱਗ 'ਚ ਬੈਠਾ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ, ਕਿਵੇਂ? ਵਧੀਆ, ਕੀ ਹਾਲ ਚਾਲ? ਬਸ ਵਧੀਆ। ਅੱਜ ਤਾਂ ਮੀਂਹ ਨਹੀਂ ਭਰਤਾ ਸਾਰਾ, ਬਾਪੂ ਜੀ ਕਿੱਥੇ? ਬਾਪੂ ਜੀ ਆ ਹੀ ਬੈਠੇ ਆ ਬਾਹਰ ਹੀ। ਅੱਛਾ, ਮੈਂ ਮਿਲ ਲੈਂਦੀ ਹਾਂ। ਠੀਕ 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 ਭਾਬੀ, ਠੀਕ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਪੁੱਤਰ, ਠੀਕ ਹੋ ਤੁਸੀਂ? ਠੀਕ ਠਾਕ, ਸਿਹਤ ਤਾਂ ਵਧੀਆ? ਵਧੀਆ। ਅੱਜ ਤੇਰਾ ਕਿਵੇਂ ਜੀ ਘਰ ਆਇਆ ਆਉਣ ਨੂੰ? ਬਾਪੂ ਜੀ ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਕੰਮ ਸੀ।
ਤਾਂ ਮੈਂ ਆਈ ਸੀ। ਹਾਂ ਦੱਸ ਪੁੱਤ। ਬਾਪੂ ਜੀ ਮੇਰੇ ਕੋਲ ਨਾ ਇੱਕ ਗੜਬੜ ਹੋ ਗਈ ਆ। ਸਰਦਾਰ ਜੀ ਨੇ ਨਾ ਮੈਨੂੰ ਬਿੱਲ ਜਮ੍ਹਾਂ ਕਰਾਉਣ ਨੂੰ ਪੈਸੇ ਦਿੱਤੇ ਸੀਗੇ ਤੇ ਨਾ ਉਹ ਮੇਰੇ ਕੋਲੋਂ ਨਾ ਖਰਚ ਹੋ ਗਏ। ਕਿੱਥੇ ਖਰਚ ਹੋ ਗਏ, ਕਾਹਦੇ ਤੇ ਖਰਚ ਕਰਤੇ? ਕੀ ਦੱਸਾਂ ਬਾਪੂ ਜੀ, ਸਾਡੇ ਲਾਗੇ ਨਾ ਸੇਲ ਲੱਗੀ ਸੀਗੀ, ਸਾਰੀਆਂ ਸਹੇਲੀਆਂ ਉੱਥੋਂ ਕੱਪੜੇ ਲੈ ਕੇ ਆ ਰਹੀਆਂ ਸੀ। ਮੈਨੂੰ ਕਹਿੰਦੀਆਂ ਵਧੀਆ ਰੇਟ ਤੇ ਮਿਲਦੇ ਆ, ਤੂੰ ਵੀ ਚੱਲ। ਫਿਰ ਨਾ ਨਾ ਕਰਦੇ ਹੋਏ ਇੱਕ ਦੋ ਕਰਦੀ ਨੇ ਕਿੰਨੇ ਸੂਟ ਖਰੀਦ ਲਏ ਤੇ ਉਹ ਸਾਰੇ ਪੈਸੇ ਉੱਥੇ ਲੱਗ ਗਏ। ਹੁਣ ਕੱਲ ਆਖਰੀ ਡੇਟ ਆ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਦੀ, ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਬਹੁਤ ਬੋਲਣਗੇ ਮੈਨੂੰ। ਪਰ ਦੀਦੀ ਆ ਤਾਂ ਬਹੁਤ ਗਲਤ ਗੱਲ ਆ। ਭਾਬੀ ਗਲਤ ਗੱਲ ਕੀ ਆ ਇਹਦੇ ਚ? ਹੈ ਤਾਂ ਦੀਦੀ ਫਜ਼ੂਲ ਖਰਚੇ ਆ ਨਾ। ਤੁਹਾਡੇ ਤੋਂ ਤਾਂ ਮੈਂ ਮੰਗੇ ਨੀ ਪੈਸੇ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨੀ। ਮੇਰਾ ਪਿਓ ਬੈਠਾ, ਜਦ ਇਹ ਦੇ ਰਿਹਾ ਤਾਂ ਤੁਹਾਨੂੰ ਕਾਹਦੀ ਤਕਲੀਫ ਹੋ ਰਹੀ ਆ? ਭਾਈ ਤੁਹਾਨੂੰ ਕੀ ਤਕਲੀਫ ਆ, ਮੇਰੀ ਧੀ 5 ਕਰੇ 50 ਕਰੇ, ਤੁਹਾਡੇ ਕੋਲੋਂ ਤਾਂ ਨੀ ਕੁਝ ਮੰਗਦੀ। ਹਾਂ ਹੁਣ ਤੂੰ ਦੱਸ ਪੁੱਤ, ਤੈਨੂੰ ਕਿੰਨੇ ਪੈਸੇ ਚਾਹੀਦੇ ਆ? ਬਾਪੂ ਜੀ ਮੈਨੂੰ ਜ਼ਿਆਦਾ ਨੀ, ਬਸ 25,000 ਰੁਪਇਆ ਚਾਹੀਦਾ। 25,000 ਰੁਪਇਆ ਸਿਰਫ? ਹਾਂਜੀ। ਆ ਲੈ ਫੜ। ਖੁਸ਼ ਆ ਹੁਣ? ਹਾਂਜੀ ਬਾਪੂ ਜੀ, ਹੁਣ ਮੈਂ ਬਹੁਤ ਖੁਸ਼ ਹਾਂ। ਥੈਂਕ ਯੂ। ਤੂੰ ਇੱਥੇ ਬੈਠੀ ਕੀ ਕਰਦੀ ਆ? ਕੁੜੀ ਆਈ ਆ, ਰੋਟੀ ਪਾਣੀ ਬਣਾ ਲਾ, ਉਹਨੇ ਵਾਪਸ ਵੀ ਜਾਣਾ। ਪਤਾ ਨੀ ਬਾਪੂ ਜੀ ਨੂੰ ਸਾਰਿਆਂ ਦੇ ਦੁੱਖ ਤਕਲੀਫ ਨਜ਼ਰ ਆਉਂਦੀ, ਸਾਡੇ ਹਾਲਾਤ ਨੀ ਨਜ਼ਰ ਆਉਂਦੇ। ਕੋਈ ਨਾ ਕਰਦੇ ਆ ਕੋਈ ਬੰਦੋਬਸਤ। ਤੂੰ ਨਾ ਤਾਂ ਇੰਜ ਕਰ, ਦਾਦਾ ਨੂੰ ਪੁੱਛ ਲਾ, ਸ਼ਾਇਦ ਜਾ ਪੁੱਛ ਲਾ। ਡੈਡੀ ਜੀ ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਮੈਂ ਤੁਹਾਨੂੰ ਕਹਿਣਾ ਸੀ, ਮੇਰੀ ਨਾ ਐਤਕੀ ਦੀ ਥੋੜ੍ਹੀ ਜਿਹੀ ਕਾਲਜ ਦੀ ਫੀਸ ਜੀ ਰਹਿੰਦੀ ਆ, ਵੀ ਤੁਸੀਂ ਜਮ੍ਹਾਂ ਕਰਾ ਦੋਗੇ? ਨਾ ਪੈਸੇ ਦਰਖਤਾਂ ਨੂੰ ਲੱਗਦੇ ਆ, ਤੇਰਾ ਪਿਓ ਵੀ ਤਾਂ ਕਮਾਉਂਦਾ, ਉਹਦੇ ਕੋਲੋਂ ਮੰਗ ਲਾ। ਜਦੋਂ ਮੇਰੀ ਪੈਨਸ਼ਨ ਆਉਣ ਵਾਲੀ ਹੁੰਦੀ ਆ ਉਦੋਂ ਤੁਹਾਨੂੰ ਪੈਸੇ ਯਾਦ ਆ ਜਾਂਦੇ ਆ। ਡੈਡੀ ਜੀ ਉਹ ਨਾ 3 ਦਿਨ ਤੋਂ ਬਿਮਾਰ ਪਏ ਨੇ, ਨਾ ਕੰਮ ਤੇ ਜਾਂਦੇ ਪਏ ਆ, ਨਾ ਕੁਛ ਖਾ ਰਹੇ ਆ ਚੱਜ ਨਾਲ, ਤੇ ਉਹਨਾਂ ਦੀ ਦਵਾਈਆਂ ਤੇ ਖਰਚਾ ਵੀ ਬਹੁਤ ਹੋ ਰਿਹਾ। ਮੈਂ ਤਾਂ ਤੁਹਾਨੂੰ ਕਿਹਾ ਸੀਗਾ ਵੀ ਮੇਰੀ ਫੀਸ ਭਰਾ ਦਿਓ, ਨਹੀਂ ਤਾਂ ਅੱਗੇ ਵੀ ਤਾਂ ਅਸੀਂ ਭਰਾਉਣੇ ਹੀ ਆ। ਆਪ ਵੇਖਿਆ ਬੱਚਿਆਂ ਨੂੰ ਵੀ ਕਿਵੇਂ ਟ੍ਰੇਨਡ ਕੀਤਾ ਹੋਇਆ, ਮੇਰੇ ਕੋਲ ਪੈਸੇ ਪੂਸੇ ਕੋਈ ਹੈ ਨੀਗੇ, ਆਪਣੇ ਬਾਪੂ ਕੋਲੋਂ ਜਾ ਕੇ ਮੰਗ। ਹੁਣ ਤੁਸੀਂ ਦੱਸੋ ਵੀਰ ਜੀ, ਸਾਰਾ ਦਿਨ ਬਾਪੂ ਜੀ ਦੀ ਸੇਵਾ ਕਰਦੀ ਆ, ਪਰ ਉਹਨਾਂ ਨੂੰ ਨਾ ਰਵੀ ਤੇ ਮਨਦੀਪ ਹੀ ਚੰਗੇ ਲੱਗਦੇ ਆ। ਉਹਨਾਂ ਨੇ ਇੱਕ ਵਾਰੀ ਵੀ ਆਪਣੇ ਪੁੱਤਰ ਦਾ ਹਾਲ ਚਾਲ ਨਹੀਂ ਪੁੱਛਿਆ, ਇਹ 3 ਦਿਨਾਂ ਤੋਂ ਬਿਮਾਰ ਪਏ ਆ ਘਰੇ। ਕੋਈ ਨੀ ਬਾਬੀ ਜੀ ਤੁਸੀਂ ਫਿਕਰ ਨਾ ਕਰੋ, ਮੈਂ ਗੱਲ ਕਰਦਾ ਬਾਪੂ ਜੀ ਨਾਲ। ਨਹੀਂ ਨਹੀਂ ਵੀਰ ਜੀ ਤੁਸੀਂ ਰਹਿਣ ਦਿਓ, ਉਹ ਕੁਛ ਨਹੀਂ ਹੁੰਦਾ ਬਾਬੀ ਜੀ, ਗੱਲ ਕਰੇ ਸੋਲਵ ਹੁੰਦੀ ਹੁੰਦੀ ਆ। ਉਹਨਾਂ ਨੇ ਕਹਿਣਾ ਫਿਰ ਸਿਖਾ ਕੇ ਭੇਜ ਦਿੱਤਾ ਇਹਨਾਂ ਨੇ। ਉਹ ਨਹੀਂ ਕਹਿੰਦੇ, ਮੈਂ ਆਪਣੇ ਤਰੀਕੇ ਨਾਲ ਗੱਲ ਕਰੂੰਗਾ, ਤੁਸੀਂ ਫਿਕਰ ਨਾ ਕਰੋ। ਹਾਂਜੀ ਬਾਪੂ ਜੀ। ਉਹ ਅਮਨ ਤੂੰ ਕਦੋਂ ਆਇਆ, ਤੇਰੇ ਆਉਣ ਦਾ ਪਤਾ ਹੀ ਨਹੀਂ ਲੱਗਿਆ। ਪਤਾ ਤਾਂ ਤੁਹਾਨੂੰ ਹੋਰ ਵੀ ਬਹੁਤ ਕੁਛ ਨਹੀਂ ਲੱਗ ਰਿਹਾ। ਅਮਨ ਮੈਨੂੰ ਸਮਝ ਨਹੀਂ ਆਈ। ਉਹੀ ਤਾਂ ਮੈਂ ਕਹਿ ਰਿਹਾ, ਤੁਹਾਨੂੰ ਸਮਝ ਆ ਹੀ ਨਹੀਂ ਰਹੀ, ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਘਰ ਚ ਹੋ ਕੀ ਰਿਹਾ। ਭਾਬੀ ਤੁਹਾਡੀ ਦਿਨ ਰਾਤ ਸੇਵਾ ਕਰਦੀ ਆ, ਤੁਹਾਨੂੰ ਉਹ ਵੀ ਨਹੀਂ ਪਤਾ ਲੱਗ ਰਿਹਾ ਹੈ? ਵੀਰਾ 3 ਦਿਨ ਦਾ ਬਿਮਾਰ ਪਿਆ, ਤੁਹਾਨੂੰ ਉਹ ਵੀ ਨਹੀਂ ਪਤਾ ਲੱਗ ਰਿਹਾ? ਜੋਤ ਦੀ ਫੀਸ ਭਰਨ ਵਾਲੀ ਸਕੂਲ ਦੀ ਪਈ ਆ, ਤੁਹਾਨੂੰ ਉਹ ਵੀ ਨਹੀਂ ਪਤਾ ਲੱਗ ਰਿਹਾ ਹੈ? ਘਰ ਦਾ ਗੁਜ਼ਾਰਾ ਔਖਾ ਹੋਇਆ ਪਿਆ, ਤੁਹਾਨੂੰ ਉਹ ਵੀ ਨਹੀਂ ਪਤਾ ਲੱਗ ਰਿਹਾ? ਅੱਛਾ ਅੱਛਾ,
ਅਮਨ ਤੂੰ ਅੱਜ ਇਹਨਾਂ ਦਾ ਸਾਰਿਆਂ ਦਾ ਵਕੀਲ ਬਣ ਕੇ ਆਇਆ ਵਕੀਲ ਵਕੂਲ ਕੋਈ ਨੀ ਬਣ ਕੇ ਆਇਆ ਮੈਂ ਤੁਹਾਨੂੰ ਉਹ ਸੱਚ ਦੱਸਣ ਆਇਆ ਜਿਹੜਾ ਅੰਨੇ ਨੂੰ ਵੀ ਦੇਖ ਜਾਂਦਾ ਮਾਂ ਪਿਓ ਆਪਣੇ ਜਵਾਕਾਂ 'ਚ ਫਰਕ ਨਹੀਂ ਰੱਖਦੇ ਤੇ ਤੁਸੀਂ ਫਰਕ ਰੱਖੀ ਬੈਠੇ ਹੋ ਬਾਪੂ ਜੀ ਵੀਰਾ ਭਾਬੀ ਤੁਹਾਡੀ ਸਾਰਾ ਦਿਨ ਸੇਵਾ ਕਰਦੇ ਆ ਤੇ ਤੁਹਾਨੂੰ ਉਹ ਜੇ ਕੁਛ ਤੁਹਾਡੇ ਵਾਸਤੇ ਨਹੀਂ ਚੰਗਾ ਖਾਣ ਪੀਣ ਨੂੰ ਤਾਂ ਹੀ ਰੋਕਦੇ ਆ ਤੇ ਦੂਜੇ ਪਾਸੇ ਤੁਹਾਨੂੰ ਉਹ ਚੰਗੇ ਲੱਗਦੇ ਆ ਜਿਹੜੇ ਤੁਹਾਡੇ ਲਈ ਚੀਜ਼ਾਂ ਲੈ ਕੇ ਆਉਂਦੇ ਆ ਤੇ ਗੱਲਾਂ 'ਚ ਲਾ ਕੇ ਫਿਰ ਤੁਹਾਡੇ ਤੋਂ ਪੈਸੇ ਵੀ ਕਢਾ ਕੇ ਲੈ ਜਾਂਦੇ ਆ ਵੱਡੇ ਦੀਦੀ ਨੂੰ ਤੁਸੀਂ ਫਜ਼ੂਲ ਖਰਚੀ ਕਰਨ ਵਿੱਚ ਕਿੰਨੀ ਸ਼ਹਿ ਦੇ ਦਿੰਦੇ ਹੋ ਇਹ ਕਿੱਥੋਂ ਦੀ ਅਕਲਮੰਦੀ ਆ ਆ ਬਾਕੀ ਜਿੰਨੇ ਆ ਨਾ ਸਿਰਫ ਤੁਹਾਡੀ ਪੈਨਸ਼ਨ ਤੱਕ ਹੀ ਨੇ ਪੈਨਸ਼ਨ ਆਉਣ ਤੋਂ ਬਾਅਦ ਕੋਈ ਨਹੀਂ ਕੁਛ ਪੁੱਛਦਾ ਤੁਹਾਨੂੰ ਆ ਗੋਲਡੀ ਵੀਰਾਂ ਦੇ ਭਾਬੀ ਹੋਈ ਆ ਜਿਹੜੇ ਤੁਹਾਡੇ ਬੇਨੀ ਸਵਾਰਥ ਹੋ ਕੇ ਸੇਵਾ ਕਰਦੇ ਆ ਤੁਹਾਡੀ ਦਿਨ ਰਾਤ ਉਹਨਾਂ ਨੇ ਥੋੜ੍ਹੇ ਤੋਂ ਕੁਛ ਲੈਣਾ ਦੇਣਾ ਨਹੀਂ ਸਿਰਫ ਇੱਕ ਆਪਣੇ ਬੱਚੇ ਹੋਣ ਦੇ ਨਾਤੇ ਮਾਂ ਪਿਓ ਦੀ ਸੇਵਾ ਕਰਦੇ ਆ ਉਹ ਹੁਣ ਤੁਹਾਨੂੰ ਪਤਾ ਇਸ ਟਾਈਮ ਗੋਲਡੀ ਵੀਰਾ ਕਿੰਨਾ ਔਖਾ ਕੰਮ ਵੱਲੋਂ ਉਹ ਪਰੇਸ਼ਾਨ ਆ ਸਿਹਤ ਉਹਨਾਂ ਦੀ ਨਹੀਂ ਠੀਕ ਤੁਸੀਂ ਉਲਟਾ ਫਜ਼ੂਲ ਖਰਚੀ 'ਚ ਪੈਸੇ ਦੇਣ ਦੀ ਥਾਂ ਉਹਨਾਂ ਦਾ ਸਾਥ ਦਿਓ ਜਿਹੜੇ ਤੁਹਾਡੀ ਦਿਨ ਦਾ ਸੇਵਾ ਵੀ ਕਰਦੇ ਆ ਬਸ ਕਰ ਪੁੱਤ ਬਸ ਕਰ ਹੋਰ ਮੇਰੇ ਕਿੰਨੇ ਕੁ ਪਿਉਂ ਪਿਉਂ ਕੇ ਛਿੱਤਰ ਮਾਰਨੇ ਮੈਂ ਕਿੰਨਾ ਗਲਤ ਸੀ ਪੁੱਤ ਤੂੰ ਤਾਂ ਮੇਰੀਆਂ ਅੱਖਾਂ ਖੋਲਤੀਆਂ ਮੈਂ ਆਪਣੇ ਬੱਚਿਆਂ ਦੇ ਵਿੱਚ ਹੀ ਫਰਕ ਪਾਈ ਗਿਆ ਚੱਲ ਉੱਠ ਹੁਣ ਤਾਂ ਆਪਾਂ ਗੋਲਡੀ ਕੋਲ ਚੱਲੀਏ ਗੋਲਡੀ ਪੁੱਤ ਠੀਕ ਠੀਕ ਆ ਹੁਣ ਤੂੰ ਕੀ ਗੱਲ ਆ ਬਸ ਬਾਪੂ ਜੀ ਠੀਕ ਆ ਬਾਪ ਦਾ ਹੱਥ ਸਿਰ ਤੇ ਆ ਜਾਵੇ ਤਾਂ ਬੰਦੇ ਨੂੰ ਹੌਸਲਾ ਹੀ ਬਹੁਤ ਹੁੰਦਾ ਪੁੱਤ ਮੈਨੂੰ ਮਾਫ ਕਰ ਦੇ ਮੈਂ ਤੇਰਾ ਦਰਦ ਹੀ ਨਹੀਂ ਸਮਝ ਸਕਿਆ ਪਿਓ ਦੀ ਮੌਜੂਦਗੀ ਕਿਸੇ ਸੂਰਜ ਨਾਲੋਂ ਘੱਟ ਨਹੀਂ ਹੁੰਦੀ ਬੇਸ਼ੱਕ ਉਹ ਗਰਮ ਹੁੰਦਾ ਪਰ ਜ਼ਿੰਦਗੀ 'ਚ ਛਾਏ ਦੁੱਖਾਂ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਪਿਓ ਦਾ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਇਹ ਕਹਿਣਾ ਕਿ ਤੂੰ ਫਿਕਰ ਨਾ ਕਰ ਪੁੱਤਰਾ ਮੈਂ ਕੁਝ ਕਰਦਾ ਜਾਂ ਮੈਂ ਹਾਲੇ ਬੈਠਾ ਸਭ ਮੁਸੀਬਤਾਂ ਦਾ ਹੱਲ ਕਰ ਦਿੰਦਾ ਤੇ ਰੱਬ ਜਿੰਨਾ ਆਸਰਾ ਹੋ ਜਾਂਦਾ ਪਿਓ ਦਾ ਹੱਥ ਪੁੱਤ ਦੇ ਸਿਰ 'ਤੇ ਹੋਣਾ